ਇਹ ਗੱਲ ਇਹ ਹੈ ਕਿ ਸਾਈ ਮੰਦਰ ਹੈ ਤੂੰ ਲੱਤਾਂ ਨਾਲ ਤੋੜ ਰਿਹਾ, ਬੇਅਦਬੀ ਹੈ ਸਰ ਜੀ। ਗੱਲ ਉਹੀ ਹੈ ਕਿ ਵੀ ਸੁਣਵਾਈ ਨਹੀਂ ਹੈ, ਕਿ ਵੀ ਪਹਿਲੀ ਵਾਕਿਆ ਨਹੀਂ ਹੈ ਇਹ, ਪਹਿਲਾਂ ਵੀ ਇੱਕ ਦੋ ਵਾਰ ਚੋਰੀਆਂ ਹੋਈਆਂ ਨੇ, ਪਰ ਚਲੋ ਅਸੀਂ ਉਦੋਂ ਕੰਪਲੇਂਟ ਦੇ ਦਿੰਦੇ ਸੀਗੇ, ਜਿੰਨੀ ਕੁ ਮਾੜੀ ਮੋਟੀ ਕਾਰਵਾਈ ਹੋ ਜਾਂਦੀ ਸੀ ਹੋ ਜਾਂਦੀ ਸੀ, ਪਰ ਐਤਕੀ ਤਾਂ ਹੱਦ ਹੀ ਕਰਤੀ ਜੀ। ਇਹ ਮੰਦਰ ਹੈ ਗਰੀਬਾਂ ਨੂੰ ਸਮਰਪਿਤ ਹੈ, ਗਰੀਬਾਂ ਨੂੰ ਮਤਲਬ ਜ਼ਰੂਰਤਮੰਦਾਂ ਨੂੰ। ਇਹ ਜਦੋਂ ਕਰੋਨਾ ਹੋਇਆ ਉਦੋਂ ਵੀ ਅਸੀਂ ਸਮੁੰਦਰ ਦੇ ਵਿੱਚ ਲਗਾਤਾਰ ਲੰਗਰ ਲਾਉਂਦੇ ਰਹੇ ਹਾਂ, ਕਿਸੇ ਤੋਂ ਕੋਈ ਕਲੈਕਸ਼ਨ ਨਹੀਂ ਕੀਤੀ। ਇਹ ਜੋ ਵੀ ਚੜਾਵਾ ਆਉਂਦਾ ਲੋਕ ਚੜਾ ਕੇ ਜਾਂਦੇ, ਲੋਕਾਂ ਨੂੰ ਵੀ ਸਮਰਪਿਤ ਹੈ, ਸਭ ਨੂੰ ਪਤਾ ਇਸ ਕਲੋਨੀ ਦੇ ਇਕੱਲੇ ਇਕੱਲੇ ਬੰਦੇ ਨੂੰ ਪਤਾ, ਦੂਰ ਤੋਂ ਵੀ ਲੋਕ ਆਉਂਦੇ ਨੇ, ਉਹਨਾਂ ਨੂੰ ਵੀ ਪਤਾ ਕਿ ਸਮੁੰਦਰ ਦੇ ਵਿੱਚ ਜਿਹੜਾ ਵੀ ਚੜਾਵਾ ਚੜਦਾ, ਕੋਈ ਅਸੀਂ ਕਮੇਟੀ ਨਹੀਂ ਬਣਾਈ ਹੋਈ, ਇਹ ਗੱਲੇ ਨੂੰ ਖੋਲਿਆ ਜਾਂਦਾ ਉਸੇ ਟਾਈਮ ਉਸ ਬੰਦੇ ਦੀ ਸੇਵਾ ਕਰ ਦਿੱਤੀ ਜਾਂਦੀ। ਜਿਹੜੇ ਬੰਦੇ ਨੇ ਕਾਰਨਾਮਾ ਕੀਤਾ ਹੈ ਚੋਰੀ ਦਾ, ਉਹ ਬੜਾ ਹੀ ਸ਼ਰਮਨਾਕ ਤੇ ਘਿਰਨਾਯੋਗ ਕਾਰਨਾਮਾ ਜੀ। ਉਸ ਲਈ ਅਸੀਂ, ਮੈਂ ਤਾਂ ਕਹੂੰਗਾ, ਜਿੰਨੀ ਨਿੰਦਾ ਕੀਤੀ ਜਾਵੇ ਕਰਨੀ ਚਾਹੀਦੀ ਹੈ। ਕੰਪਲੇਂਟ ਦਿੱਤੀ ਵੀ ਹੈ, ਕੱਲ੍ਹ ਮਹਿਕਮੇ ਤੋਂ ਲੋਕ ਆਏ ਸੀਗੇ, ਉਹ ਜਿੰਨੀ ਕਿ ਤਹਿਕੀਕਾਤ ਕਰ ਸਕਦੇ ਸੀ ਕੀਤੀ ਹੈ, ਪਰ ਮੈਂ ਉਹਦੇ ਨਾਲ ਸੈਟਿਸਫਾਈ ਨਹੀਂ, ਕਿਉਂਕਿ ਸਾਡੇ ਸਾਰੀ ਕਲੋਨੀ ਦੇ ਵਿੱਚ ਦੂਰ ਦੂਰ ਤੱਕ ਕੈਮਰੇ ਲੱਗੇ ਨੇ। ਉਹ ਬੰਦੇ ਨੂੰ ਪਤਾ ਸੀ ਕਿ ਇੱਥੇ ਕੈਮਰਾ ਲੱਗਿਆ ਹੋਇਆ, ਉਹਨੂੰ ਪਤਾ, ਉਹ ਜਾਣਦਾ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ, ਬੰਦਾ ਇਸੀ ਕਿਸੇ ਏਰੀਏ ਦੇ, ਜੇ ਪੁਲਿਸ ਆਪਣੀ ਇਮਾਨਦਾਰੀ ਨਾਲ ਕੰਮ ਕਰੇ, ਚਾਰੋਂ ਪਾਸੇ ਦੇ ਕੈਮਰੇ ਤੋਂ ਸੀਸੀਟੀਵੀ ਫੋਟੋਜ਼ ਲੈਵੇ ਨਾ, ਤਾਂ ਪੱਕਾ 101% 2 ਘੰਟਿਆਂ ਦੇ ਵਿੱਚ ਬੰਦਾ ਫੜਿਆ ਜਾਊ। ਕੀ ਕੀ ਚੋਰੀ ਹੋਇਆ ਇੱਥੋਂ? ਭਾਜੀ ਚੋਰੀ ਤਾਂ ਸਿਰਫ ਇਕੱਲੇ ਪੈਸੇ ਹੋਏ ਨੇ, ਮੈਂ ਤੁਹਾਨੂੰ ਕਹਾਂ, ਉਹਨੇ ਪਹਿਲਾਂ ਸ਼ੀਸ਼ਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਉਹਨੂੰ ਪੇਚਕਸ ਫਸਾ ਕੇ ਲੋਕ ਤੋੜਿਆ, ਲੋਕ ਤੋੜਨ ਤੋਂ ਬਾਅਦ ਉਸ ਬੰਦੇ ਨੇ ਅੰਦਰ ਗੱਲੇ ਤੇ ਠੁੱਡੇ ਠੁੱਡੇ ਮਾਰੇ ਨੇ, ਮਤਲਬ ਲੱਤਾਂ ਮਾਰਨੀਆਂ, ਬੂਟ ਪਾ ਕੇ ਕਿੱਥੇ ਤੱਕ ਜਾਇਆ ਜੀ। ਗੋਲਾ ਤੱਕ ਭਾਜੀ 25-30 ਹਜ਼ਾਰ ਰੁਪਏ ਤਕਰੀਬਨ ਹੁੰਦੇ ਹੀ ਹੁੰਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵੀ ਅਸੀਂ ਨਾ ਕੋਈ ਪੈਸੇ ਇਹਦੇ ਚੋਂ ਕੱਢ ਕੇ ਬੈਂਕ 'ਚ ਨਹੀਂ ਜਮ੍ਹਾਂ ਕਰਾਉਂਦੇ, ਗੁੱਲਕ 'ਚ ਰਹਿੰਦੇ ਨੇ, ਕੋਈ ਲੋੜਵੰਦ ਬੰਦਾ ਆਉਂਦਾ ਹੈ, ਅਸੀਂ ਉਸਨੂੰ ਮੌਕੇ 'ਤੇ ਗੁੱਲਕ 'ਚੋਂ ਕੱਢ ਕੇ ਉਹਦੀ ਮਦਦ ਕਰ ਦਿੰਦੇ ਹਾਂ, ਉਹਨੂੰ ਪਤਾ ਬੰਦੇ ਨੂੰ ਇਹ ਚੀਜ਼ਾਂ। ਭਾਅ ਜੀ ਰਾਜ, ਮੈਂ ਤੁਹਾਨੂੰ ਦੱਸਿਆ ਕਿ ਵੀ ਇਹ ਕੰਮ ਹੀ ਲੋਕਾਂ ਦੀ ਸੇਵਾ ਲਈ ਹੈ, ਮੰਦਰ ਦਾ ਕੰਮ, ਕੋਈ ਫੀਸ ਹੈ, ਕਿਸੇ ਦੀ ਰਾਸ਼ਨ, ਮੇਰੇ ਕੋਲ ਕਾਫੀ ਬੰਦੇ ਚੀਜ਼ ਦੇ ਗਵਾਹ ਹੋਣਗੇ, ਨਾਭਾ ਰੋਡ ਤੱਕ ਲੋਕ ਗਵਾਹ ਹੋਣਗੇ ਕਿ ਵੀ ਕੋਰੋਨਾ ਦੇ ਵਿੱਚ ਲੋਕਾਂ ਨੇ ਇੱਥੋਂ ਰਾਸ਼ਨ ਲਿੱਤਾ। ਹੁਣ ਕਿੱਦਾਂ ਦੀ ਕਾਰਵਾਈ ਦੀ? ਭਾਅ ਜੀ ਮੈਂ ਤਾਂ ਇਹੀ ਚਾਹੁੰਦਾ ਕਿ ਮਹਿਕਮੇ ਨੂੰ ਚਾਹੀਦਾ, ਪੁਲਿਸ ਮਹਿਕਮੇ ਨੂੰ ਚਾਹੀਦਾ, ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਵੀ ਉਹਨਾਂ ਦਾ ਫਰਜ਼ ਹੈ ਲੋਅ ਐਂਡ ਆਰਡਰ ਬਣਾ ਕੇ ਰੱਖਣਾ। ਮੰਦਰ ਛੋਟਾ ਜਿਹਾ ਬੜਾ ਨਹੀਂ ਹੁੰਦਾ, ਜੇ ਇਹੀ ਘਟਨਾ ਕਿਸੇ ਗੁਰਦੁਆਰੇ 'ਚ ਜਾਂ ਕਾਲੀ ਮਾਤਾ ਮੰਦਰ ਵਰਗੇ ਵੱਡੇ ਸੰਸਥਾਨ 'ਚ ਹੋਈ ਹੁੰਦੀ ਤਾਂ ਉਹ ਪੁਲਿਸ ਮਹਿਕਮਾ ਕੀ ਕਰਦਾ? ਉਸ ਕਾਰਵਾਈ ਨੂੰ ਦਿੰਦਾ ਜਵਾਬ ਕਿ ਨਹੀਂ ਦਿੰਦਾ, ਉਸ ਚੋਰ ਨੂੰ ਫੜਦਾ ਕਿ ਨਹੀਂ ਫੜਦਾ? ਮੇਰੀ ਬੇਨਤੀ ਹੈ ਜੀ।